ਧੰਨ ਗੁਰੂ ਗੋਬਿੰਦ ਸਿੰਘ ਜੀ, ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ, ਵੀਡੀਓ ਨੂੰ ਸ਼ੇਅਰ ਕਰਿਓ। ਸਤਸੰਗਤ, ਬਹੁਤ ਵਧੀਆ ਇੱਕ ਜਿਹੜਾ ਹੈ ਅੱਜ ਫੈਸਲਾ ਹੋਇਆ, ਮੈਂ ਇਸ ਫੈਸਲੇ ਦੇ ਨਾਲ ਬਿਲਕੁਲ ਸਹਿਮਤ ਹਾਂ। ਤੁਸੀਂ ਇਸ ਫੈਸਲੇ ਦੇ ਨਾਲ ਜਿਹੜਾ ਬਿਲਕੁਲ ਸਹਿਮਤ ਹੋਵੋਗੇ। ਪਿਆਰਿਓ, ਇਹ ਜਿਹੜਾ ਫੈਸਲਾ ਕੀਤਾ ਗਿਆ ਹੈ, ਇਹ ਬਹੁਤ ਵਧੀਆ ਫੈਸਲਾ ਕੀਤਾ ਗਿਆ ਹੈ। ਸਾਧ ਸੰਗਤ, ਬੜੀ ਵੱਡੀ ਜਿਹੜੀ ਇਹ ਇੱਕ ਮਾਰ ਸੀ ਗੁਰੂ ਘਰਾਂ ਦੇ ਵਿੱਚ, ਵੱਡੀ ਬੇਨਤੀ ਹੈ। ਅਮਿਤ ਸ਼ਾਹ ਅਤੇ RSS ਖੇਡ ਦਾ ਪਰਦਾ ਫਾਸ਼ ਹੋਇਆ, ਰਾਤੋ ਰਾਤ ਸਾਰੇ ਗੁਰੂ ਘਰਾਂ ਦੇ ਨਿਸ਼ਾਨ ਸਾਹਿਬ ਬਦਲਣ ਦੇ ਲਈ ਹੁਕਮ ਜਾਰੀ ਹੋਏ ਨੇ। ਪੂਰਾ ਮਾਮਲਾ ਕੀ ਹੈ, ਮੈਂ ਆਪ ਜੀ ਦੇ ਧਿਆਨ ਵਿੱਚ ਲਿਆ ਦਿਆਂ। ਸਤਿਗੁਰੂ ਜੀ ਕਿਰਪਾ ਕਰਨ, ਪਹਿਲਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਗੁਰੂ ਘਰਾਂ ਦੇ ਵਿੱਚ ਝੂਲ ਦੇ ਜਿਹੜੇ ਨਿਸ਼ਾਨ ਸਾਹਿਬ ਨੇ, ਸਾਧ ਸੰਗਤ, ਇਹ ਜਿਹੜੇ ਨਿਸ਼ਾਨ ਸਾਹਿਬ ਝੂਲ ਰਹੇ ਨੇ, ਪਿਆਰਿਓ, ਇਹ ਝੂਲ ਦੇ ਨਿਸ਼ਾਨ ਸਾਹਿਬ ਜਿਹੜੇ ਨੇ, ਇਹਨਾਂ ਦਾ ਜਿਹੜਾ ਚੋਲਾ ਸਾਹਿਬ ਦਾ ਰੰਗ ਹੈ, ਅਤੇ ਸਾਧ ਸੰਗਤ, ਉਹਨੂੰ ਬਦਲਣ ਦੀ ਵਿਚਾਰ ਹੋਈ ਹੈ। ਉਹਨੂੰ ਬਦਲਣ ਬਾਰੇ ਜਿਹੜੀ ਹੈ ਗੱਲਬਾਤ ਜ਼ਰੂਰ ਹੋਈ ਹੈ। ਗੁਰਮੁਖ ਪਿਆਰਿਓ, ਝੂਲ ਦੇ ਨਿਸ਼ਾਨ ਸਾਹਿਬ, ਇਹਨਾਂ ਨਿਸ਼ਾਨ ਸਾਹਿਬ ਦੇ ਜਿਹੜੇ ਚੋਲੇ ਨੇ, ਉਹਨਾਂ ਨੂੰ ਕਹਿੰਦੇ ਬਦਲਿਆ ਜਾਏਗਾ। ਬਦਲਿਆ ਕਿਉਂ ਜਾਏਗਾ, ਉਹਦੇ ਵਿੱਚ ਇੱਕ ਖਾਸ ਵਜ੍ਹਾ ਜਿਹੜੀ ਹੈ ਉਹ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗਾ, ਜਿਹੜੀ ਖਾਸ ਵਜ੍ਹਾ ਹੈ। ਕਿਉਂਕਿ ਗੁਰੂ ਘਰਾਂ ਦੇ ਵਿੱਚ ਜਿੱਥੇ RSS ਦਾ ਕਬਜ਼ਾ ਜਿਹੜਾ ਹੈ ਹੋਣਾ ਸ਼ੁਰੂ ਹੋ ਗਿਆ ਸੀ, ਜਾਂ ਕਹਿ ਸਕਦੇ ਹਾਂ ਵੀ ਹੋਣਾ ਹੋ ਚੁੱਕਿਆ ਹੈ, ਗੁਰੂ ਘਰਾਂ ਉੱਤੇ ਬਸੰਤੀ ਅਤੇ ਸੁਰਮਈ ਨਿਸ਼ਾਨ ਸਾਹਿਬ ਚਲਾਉਣ ਦੇ ਹੁਕਮ ਜਿਹੜੇ ਨੇ ਜਾਰੀ ਕਰ ਦਿੱਤੇ ਨੇ। ਸਾਧ ਸੰਗਤ, ਬਹੁਤ ਟਾਈਮ ਪਹਿਲਾਂ ਇਹ ਜਿਹੜਾ ਫੈਸਲਾ ਹੈ ਹੋ ਜਾਣਾ ਚਾਹੀਦਾ ਸੀ, ਪਰ ਚਲੋ ਦੇਰ ਆਏ ਦਰੁਸਤ ਆਏ, ਅਤੇ ਚਲੋ ਜੋ ਹੁਣ ਉਹਨਾਂ ਨੇ ਕਿਹਾ ਉਹ ਬਿਲਕੁਲ ਬਹੁਤ ਵਧੀਆ ਫੈਸਲਾ ਹੋਇਆ ਮੇਰੇ ਖਿਆਲ 'ਚ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਨਿਰਧਾਰਤ ਨਿਸ਼ਾਨ ਸਾਹਿਬ ਦੇ ਪੁਸ਼ਾਕ ਦਾ ਰੰਗ ਜਿਹੜਾ ਹੈ ਬਸੰਤੀ ਅਤੇ ਸੁਰਮਈ ਹੋਣਾ ਚਾਹੀਦਾ ਹੈ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਆਖਿਆ ਗਿਆ ਕਿ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਨਿਰਧਾਰਤ ਨਿਸ਼ਾਨ ਸਾਹਿਬ ਦੇ ਪੁਸ਼ਾਕ ਦਾ ਰੰਗ ਬਸੰਤੀ ਅਤੇ ਸੁਰਮਈ ਹੈ, ਪਰ ਜ਼ਿਆਦਾਤਰ ਗੁਰਦੁਆਰਿਆਂ 'ਚ ਇਸ ਵੇਲੇ ਕੇਸਰੀ ਨਿਸ਼ਾਨ ਸਾਹਿਬ ਦੀ ਪੁਸ਼ਾਕ ਦਾ ਚਲਨ ਵਧੇਰੇ ਹੈ, ਜਦੋਂ ਕਿ ਕੇਸਰੀ ਨਿਸ਼ਾਨ ਭਗਵੇਂ ਰੰਗ ਦਾ ਭੁਲੇਖਾ ਪਾਉਂਦਾ ਹੈ। ਭਗਵਾਂ ਰੰਗ ਜੋ ਜਿਹੜੀ RSS ਹੈ, ਉਹਨਾਂ ਨੇ ਵੀ ਭਗਵਾਂ ਰੰਗ ਜਿਹੜਾ ਰੱਖਿਆ ਹੋਇਆ, ਅਤੇ ਹਾਲਾਂਕਿ ਸਾਡੇ ਲੋਕ ਭਗਵੇਂ ਨੂੰ ਬਹੁਤ ਜ਼ਿਆਦਾ ਜਿਹੜਾ ਹੈ ਉਹ ਮੰਨਦੇ ਨੇ, ਭਗਵੇਂ ਰੰਗ ਨੂੰ ਜਿਹੜਾ ਹੈ ਉਹ RSS ਦਾ ਮੰਨਿਆ ਜਾਂਦਾ ਹੈ, ਅਤੇ ਚਲੋ ਕਈ ਹੋਰ ਵੀ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਨੇ, ਪਰ ਮੈਂ ਉਸ ਚੀਜ਼ ਦੇ ਬਾਰੇ ਨਹੀਂ ਬੇਨਤੀ ਕਰਨੀ। ਇਸ ਬਾਰੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਪੁੱਜੀ ਸ਼ਿਕਾਇਤ ਤੋਂ ਬਾਅਦ ਪੰਜ ਸਿੰਘ ਸਾਹਿਬਾਨਾਂ ਨੇ 15 ਜੁਲਾਈ 2024 ਨੂੰ ਹੋਈ ਮੀਟਿੰਗ ਦੇ ਵਿੱਚ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਨਿਰਧਾਰਤ ਰੰਗ ਦੀ ਪੁਸ਼ਾਕ ਨਿਸ਼ਾਨ ਸਾਹਿਬ ਉੱਤੇ ਚੜ੍ਹਾਉਣ ਦੇ ਹੁਕਮ ਜਾਰੀ ਕੀਤੇ ਨੇ ਕਿ ਨਿਸ਼ਾਨ ਸਾਹਿਬ ਦਾ ਜਿਹੜਾ ਚੋਲਾ ਹੈ ਉਹ ਬਿਲਕੁਲ ਸੁਰਮਈ ਹੋਵੇ ਅਤੇ ਬਸੰਤੀ ਜਿਹੜਾ ਹੋਵੇ। ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੇ ਸਾਫ਼ ਤੌਰ 'ਤੇ ਜਿਹੜੀਆਂ ਨੇ ਸਪੱਸ਼ਟ ਕਰ ਦਿੱਤੀਆਂ ਨੇ।
ਜਿਸ ਤੋਂ ਬਾਅਦ ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਮੇਟੀ ਨੇ ਆਪਣੇ ਸਮੂਹ ਪ੍ਰਚਾਰਕ ਢਾਡੀ ਤੇ ਕਵੀਸ਼ਰ ਸਹਿਬਾਨਾਂ ਨੂੰ ਸਰਕੂਲਰ ਜਾਰੀ ਕਰਕੇ ਸੰਗਤਾਂ ਦੇ ਪ੍ਰਬੰਧਾਂ ਨੂੰ ਇਸ ਸੰਬੰਧੀ ਜਾਣੂ ਕਰਵਾਉਣ ਦੀਆਂ ਹਦਾਇਤਾਂ ਕੀਤੀਆਂ ਨੇ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਨੇ ਵੱਡੇ ਗੁਰਦੁਆਰਿਆਂ 'ਚ ਬਸੰਤੀ ਨਿਸ਼ਾਨ ਸਾਹਿਬ ਲਗਾਉਣ ਦਾ ਕਾਰਜ ਸ਼ੁਰੂ ਵੀ ਕਰ ਦਿੱਤਾ। ਇਸ ਕਰਕੇ ਦਿੱਲੀ ਕਮੇਟੀ ਦੇ ਸਿੰਘ ਸਭਾ ਗੁਰਦੁਆਰਿਆਂ ਨੂੰ ਵੀ ਤੁਰੰਤ ਕੇਸਰੀ ਨਿਸ਼ਾਨ ਸਾਹਿਬ ਹਟਾ ਕੇ ਬਸੰਤੀ ਨਿਸ਼ਾਨ ਸਾਹਿਬ ਚਲਾਉਣ ਦਾ ਕਾਰਜ ਆਰੰਭ ਕਰਨਾ ਚਾਹੀਦਾ ਹੈ। ਹਾਲਾਂਕਿ ਨਿਹੰਗ ਛਾਉਣੀਆਂ 'ਚ ਪਹਿਲਾਂ ਹੀ ਸੁਰਮਈ ਨਿਸ਼ਾਨ ਸਾਹਿਬ ਚਲਾਉਣ ਦੀ ਰਵਾਇਤ ਜਿਹੜੀ ਹੈ ਉਹ ਰਹੀ ਹੈ, ਅਤੇ ਨਾਲ ਹੀ ਜੇ ਆਪਾਂ ਗੱਲ ਕਰੀਏ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਫ਼ ਹੋ ਚੁੱਕੀਆਂ ਨੇ। ਪਿਆਰਿਓ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਵੇਖ ਰਹੇ ਹਾਂ, ਇਹਨਾਂ ਸਾਰੀਆਂ ਚੀਜ਼ਾਂ 'ਤੇ ਗੱਲਬਾਤ ਜਿਹੜੀ ਹੈ ਉਹ ਹੋ ਚੁੱਕੀ ਹੈ। ਬਹੁਤ ਵਧੀਆ ਹੋਇਆ। ਅਤੇ ਮੈਂ ਇਸ ਗੱਲ ਦੇ ਬਾਰੇ ਇੱਕ ਗੱਲ ਜਿਹੜੀ ਹੈ ਜ਼ਰੂਰ ਕਹਿਣੀ ਚਾਹਾਂਗਾ ਕਿ ਚਲੋ ਦੇਰ ਆਏ ਦਰੁਸਤ ਆਏ, ਜਿਵੇਂ ਵੀ ਹੋਇਆ ਬਹੁਤ ਵਧੀਆ ਹੋਇਆ। ਅਤੇ ਇਹ ਜਿਹੜਾ ਫੈਸਲਾ ਹੈ ਬਹੁਤ ਸਮਾਂ ਪਹਿਲਾਂ ਹੋ ਜਾਣਾ ਚਾਹੀਦਾ ਸੀ। ਗੁਰੂ ਘਰਾਂ 'ਤੇ ਸੁਰਮਈ ਅਤੇ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਹੀ ਝੁੱਲਣੇ ਚਾਹੀਦੇ ਸੀ, ਕਿਉਂਕਿ ਜਿਹੜੇ ਲੋਕ ਨੇ ਉਹ ਲੋਕ ਇੱਕ ਗੱਲ ਜਿਹੜੀ ਹੈ ਜ਼ਰੂਰ ਇਹ ਕਹਿੰਦੇ ਨੇ ਕਿ ਜਿਹੜੀ RSS ਹੈ ਉਹ ਭਗਵਾਂ ਹੈ, ਅਤੇ ਗੁਰੂ ਘਰਾਂ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਨੂੰ ਜਿਹੜਾ ਹੈ ਉਹ ਭਗਵਾਂ ਕਰ ਦਿੱਤਾ ਗਿਆ। ਰੰਗ ਜਿਹੜਾ ਕੇਸਰੀ ਸੀ ਪਰ ਕੇਸਰੀ ਨੂੰ ਭਗਵਾਂ ਜਿਹੜਾ ਰੰਗ ਦਿੱਤਾ ਗਿਆ, ਕੇਸਰੀ ਭਗਵੇਂ ਦਾ ਭੁਲੇਖਾ ਪਾਉਂਦਾ। ਇਸ ਕਰਕੇ ਜੋ ਪੁਰਾਤਨ ਰਹਿਤ ਮਰਜ਼ਾਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਾਡਲੀਆਂ ਫੌਜਾਂ ਨੂੰ ਰੰਗ ਦਿੱਤਾ ਨੀਲਾ, ਅਤੇ ਨੀਲੇ ਹੀ ਨਿਸ਼ਾਨ ਸਾਹਿਬ ਜਿਹੜੇ ਨੇ ਹੋਣਗੇ, ਸੁਰਮਈ ਭਾਵ ਨੀਲੇ ਰੰਗ ਦੇ, ਔਰ ਬਸੰਤੀ ਰੰਗ ਜਿਹੜਾ ਬਹੁਤ ਖਿੜਮਾ ਰੰਗ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਜਿਹੜੀਆਂ ਫੌਜਾਂ ਨੇ, ਲਾਡਲੀਆਂ ਫੌਜਾਂ, ਨਿਹੰਗ ਸਿੰਘ ਫੌਜਾਂ, ਉਹ ਨੀਲਾ ਹੀ ਰੰਗ ਜਿਹੜਾ ਉਹ ਰੱਖਦੀਆਂ ਨੇ, ਅਤੇ ਸਾਧ ਸੰਗਤ ਉਹਨਾਂ ਕੋਲ ਨੀਲਾ ਹੀ ਨਿਸ਼ਾਨ ਸਾਹਿਬ, ਨੀਲਾ ਹੀ ਬਾਣਾ, ਨੀਲਾ ਹੀ ਦੁਮਾਲਾ। ਅਤੇ ਇੱਥੋਂ ਤੱਕ ਇੱਕ ਵਿਦਵਾਨ ਨੇ ਲਿਖਿਆ, ਕਹਿੰਦੇ ਜਦੋਂ ਨੀਲਾ ਨਿਸ਼ਾਨ ਸਾਹਿਬ ਲੈ ਕੇ ਜਾ ਰਹੇ ਸੀ ਤਾਂ ਇੱਕ ਸਿੰਘ ਦੇ ਕੋਲੋਂ ਨਿਸ਼ਾਨ ਸਾਹਿਬ ਥੱਲੇ ਗਿਰ ਗਿਆ ਸੀ ਘੋੜੇ ਤੋਂ, ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਦਿਨ ਤੋਂ ਬਾਅਦ ਜਿੱਥੇ ਨਿਹੰਗ ਸਿੰਘਾਂ ਨੂੰ ਇੱਕ ਫਰਲਾ ਬਖਸ਼ਿਸ਼ ਕਰ ਦਿੱਤਾ, ਕਹਿੰਦੇ ਅੱਜ ਤੋਂ ਬਾਅਦ ਇਹ ਨਿਸ਼ਾਨ ਸਾਹਿਬ ਕਦੀ ਨਹੀਂ ਡਿੱਗੇਗਾ, ਖਾਲਸੇ ਦੇ ਸੀਸ 'ਤੇ ਇਹ ਨਿਸ਼ਾਨ ਸਾਹਿਬ ਝੁੱਲੇਗਾ, ਅਤੇ ਫਰਲਾ ਸਾਹਿਬ ਜਿਹੜਾ ਦਿੱਤਾ ਗਿਆ। ਪਿਆਰਿਓ, ਮੈਂ ਗੱਲ ਤਾਂ ਕਰ ਰਿਹਾ ਕਿਉਂਕਿ ਨੀਲਾ ਨਿਸ਼ਾਨ ਸਾਹਿਬ ਜਿੱਥੇ ਵੀ ਆਪਾਂ ਵੇਖਦੇ ਆਪਾਂ ਕਹਿੰਦੇ ਵੀ ਨਿਹੰਗ ਸਿੰਘਾਂ ਦਾ ਗੁਰਦੁਆਰਾ ਆ ਗਿਆ ਜਾਂ ਛਾਉਣੀ ਆ ਗਈ, ਅਤੇ ਹਾਂ ਇਹ ਵੀ ਗੁਰਦੁਆਰਾ ਸਾਹਿਬ ਹੈ ਅਤੇ ਆਪਾਂ ਨੂੰ ਪਤਾ ਲੱਗਦਾ। ਪਰ ਜਿਹੜੀ ਪੁਰਾਤਨ ਮਰਜ਼ਾਦਾ ਹੈ ਉਹ ਸੁਰਮਈ ਭਾਵ ਨੀਲਾ, ਬਸੰਤੀ ਰੰਗ, ਇਹ ਦੋ ਹੀ ਰੰਗ ਨੇ ਸਿੱਖੀ ਦੇ ਵਿੱਚ ਨਿਸ਼ਾਨ ਸਾਹਿਬ ਦੇ। ਅਤੇ ਪਿਆਰਿਓ, ਇਹਨੂੰ ਜ਼ਰੂਰ ਜਿਹੜਾ ਹੈ ਅਸੀਂ ਲਾਗੂ ਕਰੀਏ, ਤਨ ਮਨ ਦੇ ਨਾਲ ਲਾਗੂ ਕਰੀਏ। ਬਹੁਤ ਚਿਰ ਪਹਿਲਾਂ ਇਹ ਫੈਸਲਾ ਹੋਣਾ ਚਾਹੀਦਾ ਸੀ, ਉਦੋਂ ਅਸੀਂ ਰੌਲਾ ਪਾਪਾ ਹੱਕ ਗਏ ਵੀ ਭਾਈ ਕਰੋ, ਅੱਜ ਵੀ ਕਰੋ, ਹੁਕਮਜ਼ਾਰੀ ਕਰੋ, ਪਰ ਨਹੀਂ, ਚਲੋ ਦੇਰ ਆਏ ਦਰੁਸਤ ਆਏ, ਅੱਜ ਹੋਇਆ ਅਤੇ ਬਹੁਤ ਖੁਸ਼ੀ ਦੀ ਗੱਲ ਹੋਈ। ਆਪਾਂ ਸਾਰੇ ਇਸ ਗੱਲ ਨੂੰ ਜਿਹੜਾ ਮੰਨੀਏ, ਗੁਰੂ ਘਰਾਂ ਦੇ ਵਿੱਚ ਜਿੱਥੇ RSS ਦੇ ਝੰਡੇ ਕਿਹਾ ਜਾਣ ਲੱਗ ਪਿਆ ਸੀ ਕਿ ਭਗਵੇਂ ਰੰਗ ਦੇ ਜਿਹੜੇ ਨਿਸ਼ਾਨ ਸਾਹਿਬ ਝੁੱਲ ਰਹੇ ਨੇ, ਅਤੇ ਜਿੱਥੇ ਨਿਸ਼ਾਨ ਸਾਹਿਬਾਂ ਦੀ ਗੱਲ ਹੋਈ ਉੱਥੇ ਮਰਜ਼ਾਦਾ ਦੇ ਉੱਤੇ ਵੀ ਉਂਗਲ ਉੱਠਣ ਲੱਗ ਪਈ ਸੀ। ਸਾਧ ਸੰਗਤ, ਵਧੀਆ ਹੋਇਆ ਅਤੇ ਅਸੀਂ ਸੁਰਮਈ, ਬਸੰਤੀ ਰੰਗ, ਨੀਲੇ ਰੰਗ ਦੇ ਨਿਸ਼ਾਨ ਸਾਹਿਬ ਝੁਲਾਈਏ, ਚੋਲਾ ਸਾਹਿਬ ਨਿਸ਼ਾਨਾਂ ਦੇ ਬਦਲੀਏ, ਅਤੇ ਇੱਕ ਨਵਾਂ ਮੈਸੇਜ ਜਿਹੜਾ ਹੈ ਅਸੀਂ ਸ਼ੁਰੂ ਕਰੀਏ, ਜਿਵੇਂ ਹੁਕਮ ਆਇਆ ਉਹਦੀ ਪਾਲਣਾ ਕਰੀਏ, ਅਤੇ ਹਰ ਕਿਸੇ ਨੂੰ ਇਹਦੇ ਬਾਰੇ ਜਾਣੂ ਕਰਵਾਈਏ। ਸਾਡੀ ਇਹ ਜਿਹੜੀ ਡਿਊਟੀ ਨਹੀਂ, ਸਾਡਾ ਫਰਜ਼ ਵੀ ਬਣਦਾ ਹੈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।